My name is Kuldeep Kaur. I'm reading 10th class in Government Senior Secondary School, Nukeria. My village is Shahpur, District Fazilka. ਮੈਂ ਅਜੇ ਸਕੂਲ ਦਾ ਨੇਮ ਵੀ ਰੋਸ਼ਨ ਕਰਾਂਗੀ ਜਿੱਥੋਂ ਮੈਨੂੰ ਇੰਨੀ ਵਧੀਆ ਪੜ੍ਹਾਈ ਕੀਤੀ ਹੈ। ਮੈਨੂੰ ਟੀਚਰ ਨੇ ਇੰਨਾ ਵਧੀਆ ਪੜ੍ਹਾਇਆ। ਮੈਂ ਸਕੂਲ ਵਿੱਚ ਜਿੰਨੀ ਵੀ ਪੜ੍ਹਾਈ ਕਰਨੀ ਆ ਮੈਂ ਫਸਟ ਆਉਂਦੀ ਹਾਂ। ਜੇ ਕਿਵੇਂ ਵੀ ਕੋਈ ਵੀ ਪੁਜੀਸ਼ਨ ਵਿੱਚ ਆਉਂਦੀ ਹਾਂ ਤਾਂ ਮੇਰੇ ਟੀਚਰਾਂ ਦਾ ਸਾਰਾ ਯੋਗਦਾਨ ਹੈ, ਕਿਉਂਕਿ ਉਹਨਾਂ ਨੇ ਮੈਨੂੰ ਕਿੰਨਾ ਵਧੀਆ ਪੜ੍ਹਾਇਆ। ਮੈਂ ਉਹ ਵੀ ਇਸ ਚੀਜ਼ ਵਿੱਚ ਦੱਸਣਾ ਚਾਹੁੰਦੀ ਹਾਂ। ਮੇਰੇ ਇੰਚਾਰਜ ਜਿਨ੍ਹਾਂ ਨੇ ਮੈਨੂੰ ਕੋਈ ਟੈਸਟ ਆਉਂਦਾ ਸੀ ਜਾਂ ਕੋਈ ਹੋਰ ਸੀਨ ਆਉਂਦਾ ਸੀ ਉਹਨਾਂ ਨੇ ਮੇਰੀ ਇੰਨੀ ਹੈਲਪ ਕੀਤੀ ਕਿ ਮੈਂ ਕੋਈ ਹੁਣ ਮੇਰੇ ਕੋਈ 2-3 ਟੈਸਟ ਨੇ ਉਹਨਾਂ ਵਿੱਚ ਉਹਨਾਂ ਨੇ ਮੇਰੀ ਹੈਲਪ ਆਪ ਦੇ ਪੱਖੋਂ ਕੀਤੀ ਹੈ। ਮੈਨੂੰ ਉਹਨਾਂ ਨੇ ਮੈਨੂੰ ਸਮਝਿਆ ਕਿ ਮੈਂ ਕਿੰਨੀ ਕੁ ਕੀ ਕੁਛ ਕਰ ਸਕਦੀ ਹਾਂ। ਉਹਨਾਂ ਨੇ ਮੇਰੇ ਦਿਲ ਦੀ ਗੱਲ ਨੂੰ ਸਮਝਿਆ ਕਿ ਮੈਂ ਆਹ ਚੀਜ਼ ਕਰ ਸਕਦੀ ਹਾਂ। ਕਿ ਸਾਡੇ ਕੋਈ ਫੈਮਿਲੀ ਦੀ ਵੀ ਕੁਛ ਆਰਥਿਕ ਵਿਵਸਥਾ ਡਾਊਨ ਹੋਣ ਕਰਕੇ ਉਹਨਾਂ ਨੇ ਮੇਰੀ ਸਪੋਰਟ ਕੀਤੀ। ਉਹਨਾਂ ਨੇ ਆਪਦੇ ਵੱਲੋਂ ਵੀ ਕੁਛ ਕਰਕੇ ਮੇਰੇ ਵਾਸਤੇ ਉਹਨਾਂ ਨੇ ਉਹ ਫੋਰਮ ਫਿਲ ਕੀਤਾ। ਹੁਣ ਮੈਂ ਉਹ ਜੇ ਉਹ ਮੇਰਾ ਟੈਸਟ ਵੀ ਉਹ ਕਲੀਅਰ ਹੁੰਦਾ ਤਾਂ ਮੈਨੂੰ ਉਹ ਵੀ ਬਹੁਤ ਖੁਸ਼ੀ ਹੁੰਦੀ ਹੈ ਕਿ ਉਹਨਾਂ ਨੇ ਮੇਰੇ ਵਾਸਤੇ ਇੰਨਾ ਕੀਤਾ। ਜੇ ਮੈਂ ਟੈਸਟ ਕਲੀਅਰ ਕਰ ਲੈਂਦੀ ਹਾਂ ਮੈਨੂੰ ਜ਼ਿਆਦਾ ਖੁਸ਼ੀ ਹੋਵੇਗੀ। ਬਸ ਮੈਂ ਆਪਣੇ ਟੀਚਰਾਂ ਨੂੰ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਕਿ ਉਹਨਾਂ ਨੇ ਮੇਰੀ ਜ਼ਿੰਦਗੀ ਵਿੱਚ ਇੰਨਾ ਵਧੀਆ ਯੋਗਦਾਨ ਪਾਇਆ।
ਮੈਂ ਹੰਸਰਾਜ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੁਕੇਰੀਆਂ, ਜ਼ਿਲ੍ਹਾ ਫਾਜ਼ਿਲਕਾ। ਅੱਜ ਮਲਟੀ ਟੈਲੈਂਟਡ ਰਿਐਲਿਟੀ ਸ਼ੋਅ ਦੀ ਪੁੱਜੀ ਟੀਮ ਦਾ ਅਸੀਂ ਸਵਾਗਤ ਕਰਦੇ ਹਾਂ। ਸਾਡੇ ਸਕੂਲ ਦੀ ਬਹੁਤ ਹੀ ਪਿਆਰੀ ਬੱਚੀ ਗੁਰਪ੍ਰੀਤ ਕੌਰ ਨੇ ਇਹਦੇ 'ਚ ਹਿੱਸਾ ਲਿਆ ਸੀ ਔਰ 4 ਜਿਹੜੇ ਰਾਊਂਡ ਹੈ ਪਾਰ ਕਰਕੇ ਕੁਲਦੀਪ ਕੌਰ ਨੇ 5ਵੇਂ ਰਾਊਂਡ ਦੇ ਵਿੱਚ ਜਿਹੜੀ ਆਪਣੀ ਜਗ੍ਹਾ ਬਣਾਈ ਔਰ ਅਸੀਂ ਇਹਨਾਂ ਦੇ ਪਰਿਵਾਰ ਨੂੰ, ਰਿਐਲਿਟੀ ਸ਼ੋਅ ਦੀ ਪੂਰੀ ਟੀਮ ਨੂੰ ਵਧਾਈ ਵੀ ਦਿੰਦੇ ਹਾਂ। ਸਾਡੇ ਲਈ ਵੀ ਮਾਣ ਵਾਲੀ ਗੱਲ ਹੈ ਕਿਉਂਕਿ ਬੱਚੀ 6ਵੀਂ ਦੇ ਵਿੱਚ ਸਾਡੇ ਕੋਲ ਪੜ੍ਹਨ ਲਈ ਆਈ ਔਰ ਹੁਣ 10ਵੀਂ ਕਲਾਸ ਦੇ ਪੇਪਰ ਇਹਨਾਂ ਨੇ ਦਿੱਤੇ ਆ ਔਰ ਬੜੀ ਟੈਲੈਂਟਡ ਬੱਚੀ ਹੈ, ਪੜ੍ਹਨ 'ਚ ਹੁਸ਼ਿਆਰ, ਸਾਰੇ ਟੀਚਰਾਂ ਨਾਲ ਬੜੇ ਵਧੀਆ ਇਹਦੇ ਸੰਬੰਧ ਹੈ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ। ਅਤੇ ਅਸੀਂ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਬੱਚੀ ਫਾਈਨਲ ਰਾਊਂਡ ਦੇ ਵਿੱਚ ਜਿੱਤ ਕੇ ਆਵੇ, ਆਪਣੇ ਸਕੂਲ ਦਾ, ਆਪਣੇ ਪਿੰਡ ਦਾ, ਪਰਿਵਾਰ ਦਾ, ਜ਼ਿਲ੍ਹੇ ਦਾ ਨਾਂ ਰੋਸ਼ਨ ਕਰੇ। ਇਹਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਕਿ ਜਿੱਤ ਕੇ ਆ। ਮੈਂ ਸ਼ਿਵੇਨ ਕੱਲੜਾ, ਹਿੰਦੀ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੁਕੇਰੀਆਂ, 10th ਕਲਾਸ ਦਾ ਇੰਚਾਰਜ ਹਾਂ। ਕੁਲਦੀਪ ਕੌਰ ਮੇਰੇ ਕੋਲ 6ਵੀਂ ਕਲਾਸ ਦੇ ਵਿੱਚ ਆਈ ਸੀ ਅਤੇ ਹੁਣ ਇਹਨੇ 10th ਦੇ ਐਗਜ਼ਾਮ ਦਿੱਤੇ ਨੇ ਪਿਛਲੇ 5 ਸਾਲਾਂ ਤੋਂ। ਇਹਦੀ ਸਟੱਡੀ ਦੇ ਵਿੱਚ ਕੋ ਕਰੀਕੁਲਰ ਐਕਟੀਵਿਟੀਜ਼ ਦੇ ਵਿੱਚ, ਚਾਹੇ ਉਹ ਗੇਮਸ ਹੋਣ ਜਾਂ ਐਨੂਅਲ ਫੰਕਸ਼ਨ ਹੋਵੇ, ਸਟੇਜ 'ਤੇ ਕੁਛ ਬੋਲਣਾ ਹੋਵੇ, ਤਾਂ ਸਾਰੇ ਪਾਸੇ ਇਹਦੀ ਆਲਰਾਊਂਡ ਪਰਫੋਰਮੈਂਸ ਹੈਗੀ ਹੈ। ਕਲਾਸ ਦੇ ਵਿੱਚ ਵੀ ਇਹਦਾ ਨੇਚਰ ਬਹੁਤ ਅੱਛਾ ਹੈ, ਚਾਹੇ ਸਾਡੀਆਂ ਕੋਈ ਗੇਮਸ ਆਉਂਦੀਆਂ ਨੇ ਤਾਂ ਉਹਦੇ ਵਿੱਚ ਵੀ ਇਹਦੀ ਪਾਰਟੀਸਪੇਸ਼ਨ ਫੁੱਲ ਹੁੰਦੀ ਹੈ। ਅਤੇ ਸਟੱਡੀ ਦੇ ਵਿੱਚ ਫਸਟ, ਸੈਕਿੰਡ ਜਾਂ ਥਰਡ ਪੁਜੀਸ਼ਨ 'ਤੇ ਹਮੇਸ਼ਾ ਹੀ ਰਹੀ ਹੈ, ਚਾਹੇ ਉਹ 6th ਕਲਾਸ ਸੀ, 7th, 8th, 9th, 10th ਦੇ ਹਲੇ ਇਹਦੇ ਰਿਜ਼ਲਟ ਆਉਣਾ, ਪਰ ਪੂਰੀ ਉਮੀਦ ਹੈ ਕਿ 10th ਦੇ ਵਿੱਚ ਵੀ ਇਹ 90%+ ਮਾਰਕਸ ਲਏਗੀ। ਕੁਲਦੀਪ ਕੌਰ ਦੇ ਕਿਸਮੇ ਕਿਤਨਾ ਹੈ ਦਮ ਦੇ ਵਿੱਚ ਮਾਡਲਿੰਗ ਸੈਕਸ਼ਨ ਦੇ ਵਿੱਚ ਗ੍ਰੈਂਡ ਫਿਨਾਲੇ ਦੇ ਵਿੱਚ ਇਹਦੀ ਸਿਲੈਕਸ਼ਨ ਹੋਈ ਹੈ, ਤਾਂ ਮੈਨੂੰ ਪੂਰੀ ਉਮੀਦ ਹੈ ਕਿ ਇਹ ਲੜਕੀ ਜਿਹੜੀ ਸੀ ਗ੍ਰੈਂਡ ਫਿਨਾਲੇ ਵੀ ਜਿੱਤੇਗੀ ਅਤੇ ਆਪਦਾ, ਆਪਦੇ ਪੇਰੈਂਟਸ ਦਾ, ਸਕੂਲ ਦਾ ਅਤੇ ਪਿੰਡ ਦਾ ਨਾਮ ਰੋਸ਼ਨ ਕਰੇਗੀ। ਅਤੇ ਮੇਰੀ ਫੈਮਿਲੀ ਨੂੰ ਵੀ, ਆਪਦੇ ਦਾਦਾ ਦਾਦੀ ਨੂੰ ਖਾਸ ਕਰਕੇ, ਕਿਉਂਕਿ ਉਹਨਾਂ ਨੇ ਜਿੰਨਾ ਮੇਰਾ ਸਾਥ ਦਿੱਤਾ, ਛੋਟੇ ਹੁੰਦਿਆਂ ਤੋਂ ਵੀ ਉਹਨਾਂ ਨੇ ਮੈਨੂੰ ਇੰਨਾ ਪਿਆਰ ਕੀਤਾ, ਆਪਦੇ ਕੋਲ ਹੀ ਸੁਣਾਇਆ, ਮੈਂ ਉਹਨਾਂ ਕੋਲ ਹੀ ਸੁਣਦੀ ਰਹੀ ਹਾਂ, ਹੁਣ ਵੀ ਉਹਨਾਂ ਕੋਲ ਹੀ ਸੁਣਦੀ ਹਾਂ, ਆਪਦੀ ਦਾਦੀ ਕੋਲ ਸੁਣਦੀ ਹਾਂ। ਮੇਰਾ ਦਾਦੂ ਇੰਨਾ ਪਿਆਰ ਕਰਦੇ ਨੇ, ਮੈਂ ਜੋ ਚੀਜ਼ ਮੰਗਦੀ ਹਾਂ ਉਸ ਵੇਲੇ ਮੇਰੇ ਕੋਲ ਹਾਜ਼ਰ ਹੁੰਦੀ ਹੈ ਉਹ ਚੀਜ਼, ਅਤੇ ਮੈਨੂੰ ਮਿਲਦੀ ਹੈ ਉਸ ਵੇਲੇ, ਅਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ, ਮੇਰੀ ਫੈਮਿਲੀ ਸਪੋਰਟ ਕਰਦੀ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਚਰਨ ਸਿੰਘ, ਪਿੰਡ ਸ਼ਾਹਪੁਰਾ, ਤਹਿਸੀਲ ਫਾਜ਼ਿਲਕਾ, ਜ਼ਿਲ੍ਹਾ ਫਾਜ਼ਿਲਕਾ ਦੇ ਰਹਿਣ ਵਾਲੇ ਹਾਂ। ਮੇਰੀ ਪੋਤੀ ਕੁਲਦੀਪ ਕੌਰ ਬਚਪਨ ਤੋਂ ਹੀ ਸਾਡੇ ਨਾਲ ਬੜੇ ਪਿਆਰ ਸ਼ਰਧਾ ਨਾਲ ਰਹਿੰਦੀ ਹੈ। ਪਾਲਣ ਪੋਸ਼ਣ ਸਭ ਤੋਂ ਜ਼ਿਆਦਾ ਅਸੀਂ ਹੀ ਕੀਤਾ, ਦਾਦੀ ਦਾਦੇ। ਇਹਨਾਂ ਦੀ ਪੜ੍ਹਾਈ ਦਾ ਖਿਆਲ
ਸਾਰਾ ਸਾਡੇ ਜ਼ਿੰਮੇ ਹੈ। ਜੋ ਵੀ ਕੰਮ ਅਸੀਂ ਬੱਚੇ ਨੂੰ ਦੱਸਣਾ, ਸਕੂਲ ਟਾਈਮ ਨਾਲ ਜਾਣਾ, ਟਾਈਮ ਨਾਲ ਛੱਡ ਕੇ ਆਉਣਾ, ਸਕੂਲ ਤੋਂ ਟਾਈਮ ਨਾਲ ਵਾਪਸ ਲੈ ਕੇ ਆਉਣਾ। ਘਰ ਵਿੱਚ ਮਾਤਾ ਨਾਲ ਰੋਟੀ ਦਾ, ਚਾਹ ਪਾਣੀ ਦਾ ਸਹਿਯੋਗ ਦਿੰਦੇ ਆ, ਸਾਡੇ ਕੋਲ ਹਮੇਸ਼ਾ ਹੀ ਬੈਠੇ ਰਹਿੰਦੇ ਨੇ, ਰਾਤ ਨੂੰ ਸਾਡੇ ਕੋਲ ਹੀ ਸੌਂਦੇ ਨੇ। ਰਾਤ ਨੂੰ ਅਸੀਂ ਇਹਨਾਂ ਨੂੰ ਧਾਰਮਿਕ ਕਿਤਾਬਾਂ, ਧਾਰਮਿਕ ਖਿਆਲ ਕਹਾਣੀਆਂ ਸੁਣਾ ਕੇ, ਸਕੂਲ ਬਾਰੇ ਪੁੱਛ ਕੇ ਦੱਸਦੇ ਨੇ। ਪੜ੍ਹਾਈ ਵਿੱਚ ਸਭ ਤੋਂ ਵੱਧ ਚੱਲ ਰਹੀ ਹੈ, ਹਰ ਸਕੂਲ ਵਿੱਚ ਪਹਿਲੀ ਤੋਂ ਲੈ ਕੇ ਅੱਜ ਤੱਕ ਪਹਿਲਾ ਨੰਬਰ 'ਤੇ ਆਉਣਾ ਬੱਚੇ ਨੇ। ਸਾਡੇ ਹਰ ਕਲਾਸ ਵਿੱਚ ਇਹਨਾਂ ਨੇ ਬਹੁਤ ਵਧੀਆ ਮੈਡਲ ਲੈ ਕੇ ਪ੍ਰਾਪਤ। ਖੇਡਾਂ ਦੇ ਵਿੱਚ ਚਿੜੀ ਛਿੱਕਾ, ਕਰੈਮ ਬੋਰਡ ਔਰ ਸ਼ਤਰੰਜ ਦਾ ਵੀ ਖੇਡ ਇਹਨਾਂ ਨੂੰ ਬਹੁਤ ਅੱਛਾ ਹੁੰਦਾ ਹੈ। ਇਸ ਵਿੱਚ ਮੇਰੀ ਫੈਮਿਲੀ ਨੇ ਮੈਨੂੰ ਇੰਨਾ ਸਪੋਰਟ ਕੀਤਾ, ਮੈਂ ਦੱਸ ਹੀ ਨਹੀਂ ਸਕਦੀ। ਮੈਂ ਜੋ ਚੀਜ਼ ਮੰਗਦੀ ਹਾਂ ਉਹ ਮੈਨੂੰ ਉਸ ਵੇਲੇ ਮਿਲਦੀ ਹੈ ਫੈਮਿਲੀ ਕੋਲੋਂ। ਅਤੇ ਹੁਣ ਮੇਰੀ ਮਾਡਲਿੰਗ ਵਿੱਚ ਮੈਨੂੰ ਮੇਰੀ ਫੈਮਿਲੀ ਇੰਨਾ ਜ਼ਿਆਦਾ ਸਪੋਰਟ ਕਰ ਰਹੀ ਹੈ, ਬਸ ਉਹਨਾਂ ਨੂੰ ਮੇਰੇ ਨਾਲ ਇੰਨਾ ਹੀ ਪਿਆਰ ਹੈ ਕਿ ਮੇਰੀ ਇੰਨੀ ਸਪੋਰਟ ਕਰ ਰਹੇ ਨੇ। ਤਾਂ ਮੈਂ ਇਸ ਅਗਲੇ ਰਾਊਂਡ ਦੀ ਵਿਨਰ ਬਣਾਂਗੀ ਤਾਂ ਮੈਨੂੰ ਵਧੀਆ ਮਹਿਸੂਸ ਹੋਵੇਗਾ। ਅਤੇ ਅੱਜ ਮੇਰੇ ਆਹ ਸ਼ੂਟ ਹੋਇਆ ਸੀਗਾ ਅਤੇ ਮੇਰੀ ਸਾਰੇ ਪਿੰਡ ਦੇ ਹੀ ਆ ਗਏ, ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਸਾਡੇ ਪਿੰਡ ਵਿੱਚ ਇਕੱਲੀ ਇਕੱਲੀ ਕੁੜੀ ਦਾ ਫੰਕਸ਼ਨ ਇਹ ਹੋਈ ਜਾਂਦਾ ਅਤੇ ਉਹਦੇ ਵਿੱਚ ਸਿਲੈਕਟ ਹੋ ਗਈ। ਨਹੀਂ ਤਾਂ ਕਦੇ ਵੀ ਸਾਡੇ ਪਿੰਡ ਵਿੱਚ ਇੱਦਾਂ ਕੋਈ ਆਏ ਨਹੀਂ ਗੇ, ਵੀ ਕਦੇ ਵੀ ਐਵੇਂ ਜਾਂ ਕੋਈ ਫੰਕਸ਼ਨ ਨਹੀਂ ਹੋਇਆ ਹੈਗਾ। ਸਤਿ ਸ਼੍ਰੀ ਅਕਾਲ ਜੀ, ਅਸੀਂ ਇਹਨੂੰ ਬਹੁਤ ਪਿਆਰ ਕਰਦੇ ਹਾਂ। ਸਾਡੇ ਕੋਲ ਛੋਟੇ ਹੁੰਦਾ ਤੂੰ ਹੀ ਮੈਂ ਆਪ ਦੇ ਕੋਲ ਰੱਖਿਆ ਸੀ, ਇਹਦੀ ਦੇਖਭਾਲ ਨਹੀਂ। ਹੁਣ ਵੀ ਇਹ ਮੇਰੇ ਕੋਲ ਹੀ ਸੌਂਦੀ ਹੈ, ਮੇਰੇ ਕੋਲ ਬਹਿੰਦੀ ਹੈ। ਪੜ੍ਹਾਈ ਦਾ ਇਹਦਾ ਸਾਰਾ ਮੈਨੂੰ ਫਿਕਰ ਹੈ, ਤੋਰਨਾ ਸਕੂਲ ਨੂੰ, ਕਿਤੇ ਜਾਣਾ ਹੈ ਇਹਨੂੰ ਨਾਲ ਲੈ ਕੇ ਜਾਣਾ, ਕਿੱਥੇ ਹੀ ਜਾਈਏ। ਔਰ ਮੇਰੇ ਤੋਂ ਬਿਨਾਂ ਇਹ ਰਹਿੰਦੀ ਵੀ ਨਹੀਂ, ਸਾਡੀ ਸੇਵਾ ਕਰਦੀ ਹੈ ਜੀ, ਰੋਟੀ ਬਣਾ ਕੇ ਸਾਨੂੰ ਖਵਾਉਂਦੀ ਹੈ। ਕਿਤੇ ਜਾਣਾ ਹੋਵੇ ਇਹਨੇ ਤਿਆਰ ਕਰਨਾ, ਕਹਿੰਦੇ ਮੰਮੀ ਜੀ ਚੱਲੀਏ, ਮੰਮੀ ਜੀ ਕਰਕੇ ਬੁਲਾਉਂਦੀ ਹੈ, ਦਾਦੀ ਜੀ ਨਹੀਂ, ਵੱਡੀ ਮੰਮੀ ਜੀ। ਸਾਨੂੰ ਦੋਨਾਂ ਨੂੰ, ਦਾਦੇ ਆਦੇ ਨੂੰ ਅਤੇ ਮੈਨੂੰ, ਦੋਨਾਂ ਨੂੰ ਬਹੁਤ ਪਿਆਰ ਨਾਲ, ਸਾਡੇ ਤੋਂ ਬਿਨਾਂ ਨਹੀਂ ਰਹੀ। ਹੋਰ ਤਾਂ ਕਿਤੇ ਜਾਈਏ ਅਸੀਂ ਕੰਮ ਕਰਦਾ ਕਰੀਏ, ਖੇਤ ਦਾ ਕਰੀਏ, ਨਾਲ ਹੀ ਲੈ ਕੇ ਜਾਂਦੀ। ਕਰਦੇ ਰੋਟੀ ਬਣਾਉਂਦੀ ਹੈ, ਭਾਂਡੇ ਮਾਂਜਦੀ ਹੈ, ਝਾੜੂ ਲਗਾਉਂਦੀ ਹੈ। ਪੜ੍ਹਾਈ ਲਿਖਾਈ 'ਚ ਬਹੁਤ ਹੁਸ਼ਿਆਰ ਹੈ, ਪਹਿਲੇ ਨੰਬਰ 'ਤੇ ਹੀ ਆਉਂਦੀ ਹੈ। ਬਚਪਨ ਦੀ ਇਹਨੂੰ ਅਸੀਂ ਕਹਾਣੀਆਂ ਸੁਣਾਉਂਦੇ ਸੀ, ਇਹਨੇ ਆਖਣਾ ਮੰਮੀ ਜੀ ਮੈਨੂੰ ਕਹਾਣੀ ਸੁਣਾ ਦਿਓ, ਫਿਰ ਅਸੀਂ ਇਹਨਾਂ ਨੂੰ ਕਹਾਣੀਆਂ ਸੁਣਾਉਣੀਆਂ। ਅਸੀਂ ਨਾਮ ਸ਼ਬਦ ਲਿਆ ਹੋਇਆ ਉਹ ਇਹਨਾਂ ਨੂੰ ਉੱਥੋਂ ਦੀ ਗੱਲਬਾਤ ਸਾਰੀ ਸੁਣਾਉਣੀ, ਇਹਨਾਂ ਨੇ ਪਿਆਰ ਨਾਲ ਸੁਣਨੀ ਬਹਿ ਕੇ। ਮੈਨੂੰ ਮਾਡਲਿੰਗ ਸ਼ੁਰੂ ਤੋਂ ਹੀ ਪਸੰਦ ਸੀਗੀ। ਜਦੋਂ KKHD ਵਾਲੇ ਸ਼ੋਅ ਆਇਆ ਤਾਂ ਸਕੂਲ ਵਿੱਚ ਹੀ ਪਹਿਲੇ ਆਇਆ ਸੀ, ਉਦੋਂ ਮੈਨੂੰ ਬਹੁਤ ਵਧੀਆ ਲੱਗਿਆ ਕਿ KKHD ਪਹਿਲਾਂ ਮੈਂ TV ਵਿੱਚ DD ਪੰਜਾਬੀ 'ਤੇ ਪਹਿਲਾਂ ਵੀ ਸ਼ੋਅ ਆਉਂਦਾ ਰਿਹਾ ਸੀ, ਉਦੋਂ ਵੀ ਮੈਂ ਦੇਖਦੀ ਰਹੀ ਸੀ। ਪਰ ਜਦੋਂ ਸਾਡੇ ਪਿੰਡ ਵਿੱਚ ਇਹ ਚੀਜ਼ ਆਈ, ਸਾਡੇ ਸਕੂਲ ਵਿੱਚ ਪਹਿਲੇ ਆਈਆਂ ਸੀ, ਫਿਰ ਸਾਡੀ ਉਹਨਾਂ ਨੇ ਫੋਰਮ ਵੀ ਦਿੱਤੇ, ਫੋਰਮ ਉੱਤੇ ਅਸੀਂ ਫਿਲ ਕਰਨਾ ਸੀ। ਮਾਡਲਿੰਗ, ਸਿੰਗਿੰਗ, ਡਾਂਸਿੰਗ ਆਈ ਸੀ, ਮੈਂ ਮਾਡਲਿੰਗ ਸਿਲੈਕਟ ਕੀਤੀ। ਮਾਡਲਿੰਗ ਸਿਲੈਕਟ ਕਰਕੇ ਮੈਨੂੰ ਬਹੁਤ ਵਧੀਆ ਮਹਿਸੂਸ ਹੋਇਆ। ਅਤੇ ਹੁਣ ਮੈਂ 4 ਰਾਊਂਡ ਕਲੀਅਰ ਕਰ ਚੁੱਕੀ ਹਾਂ, ਪਾਸ ਹੋ ਚੁੱਕੀ ਹਾਂ 4 ਰਾਊਂਡ ਵਿੱਚ। ਹੁਣ ਮੈਂ ਫਾਈਨਲ ਵਿੱਚ, 5th ਰਾਊਂਡ ਫਾਈਨਲ ਹੈ,
ਜਿਹਦੇ ਵਿੱਚ ਹੁਣ ਮੈਂ ਜਾ ਰਹੀ ਹਾਂ ਅਤੇ ਜੇ ਮੈਂ ਇਸ ਰਾਊਂਡ ਦੀ ਵਿਨਰ ਬਣਨੀ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਕੁਲਵਿੰਦਰ ਕੌਰ, ਜ਼ਿਲ੍ਹਾ ਫਾਜ਼ਿਲਕਾ, ਮੇਰੀ ਬੇਟੀ ਕੁਲਦੀਪ ਕੌਰ ਜੋ ਸ਼ੁਰੂ ਤੋਂ ਹੀ ਮਾਡਲਿੰਗ ਪੜ੍ਹਾਈ ਹਰ ਕੰਮ ਵਿੱਚ ਹੁਸ਼ਿਆਰ ਹਨ, ਘਰ ਦੇ ਕੰਮਾਂ ਵਿੱਚ ਵੀ ਬਹੁਤ ਹੁਸ਼ਿਆਰ ਹਨ, ਮੇਰੇ ਕੰਮ ਵਿੱਚ ਹੱਥ ਵੀ ਵਟਾਉਂਦੇ ਹਨ, ਰਸੋਈ ਦੇ ਕੰਮ ਵਿੱਚ ਵੀ ਅਤੇ ਆਪਦੇ ਦਾਦੀ ਦਾਦਾ ਦੇ ਵੀ ਬਹੁਤ ਖਿਆਲ ਰੱਖਦੇ ਆ, ਹਰ ਚੀਜ਼ 'ਚ ਕਹਿਣਾ ਮੰਨਦੇ ਆ। ਜਦੋਂ ਮੇਰੀ ਬੇਟੀ ਘਰ 'ਚ ਫ੍ਰੀ ਹੁੰਦੀ ਹੈ ਤਾਂ ਉਹਨੂੰ ਘਰ ਦੇ ਕੰਮਾਂ ਵਿੱਚ ਵੀ ਹੱਥ ਵਟਾਉਂਦੀ ਹੈ ਅਤੇ ਉਹਨੂੰ ਸੁਬਾਹ ਉੱਠਣਾ ਜਲਦੀ ਪਸੰਦ ਹੈ ਅਤੇ ਪੂਜਾ ਪਾਠ ਵਿੱਚ ਵੀ ਬਹੁਤ ਰੁਚੀ ਰੱਖਦੀ ਹੈ। ਜਦੋਂ ਫ੍ਰੀ ਹੁੰਦੀ ਹੈ ਤਾਂ ਘਰ ਦੇ ਮੈਂਬਰਾਂ ਨਾਲ ਵੀ ਬਹੁਤ ਪਿਆਰ ਕਰ ਨਾਲ ਰਹਿੰਦੀ ਹੈ। ਜਦੋਂ ਫ੍ਰੀ ਹੁੰਦੇ ਆ ਤਾਂ ਕੈਰਮ ਬੋਰਡ, ਲੂਡੋ, ਬੈਡਮਿੰਟਨ ਦੀ ਗੇਮਾਂ ਵੀ ਖੇਡਦੇ ਹਾਂ ਅਤੇ ਆਪਣੀ ਛੋਟੀ ਭੈਣ ਦੇ ਪੜ੍ਹਾਈ ਵਿੱਚ ਵੀ ਮਦਦ ਕਰਦੇ ਹਨ। ਮੇਰੀ ਬੇਟੀ ਨੇ KKHD ਵਿੱਚ ਭਾਗ ਲਿਆ ਸੀ ਜੋ 4 ਰਾਊਂਡ ਪਾਸ ਕਰ ਚੁੱਕੀ ਹੈ ਅਤੇ ਹੁਣ ਫਾਈਨਲ ਰਾਊਂਡ ਵਿੱਚ ਪਹੁੰਚੀ ਹੈ। ਵਾਹਿਗੁਰੂ ਉਹਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਉਹਨੂੰ ਵੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਉਹ ਫਾਈਨਲ ਜਿੱਤ ਕੇ ਆਵੇ, ਆਪਣੇ ਸਕੂਲ ਦਾ, ਸਾਡੇ ਪਿੰਡ ਦਾ ਨਾਮ ਰੌਸ਼ਨ ਕਰੇ। ਮੈਂ ਜੀ ਕਰਨੈਲ ਸਿੰਘ, ਪਿੰਡ ਸ਼ਾਹਪੁਰ, ਜ਼ਿਲ੍ਹਾ ਤਹਿਸੀਲ ਫਾਜ਼ਿਲਕਾ। ਮੇਰੀ ਲੜਕੀ ਕੁਲਦੀਪ ਕੌਰ ਜੋ ਕਿ ਕਿਸਮੇ ਕਿਤਨਾ ਦਮ ਪਾਰਟੀਸਪੇਟ ਕੀਤਾ ਹੈ ਜੀ, ਅਤੇ ਮੇਰੀ ਗੁੜੀਆ ਦੀ ਹੋਬੀਜ਼ ਖੇਡਾਂ ਨੇ, ਜਿਹਦੇ ਵਿੱਚ ਬੈਡਮਿੰਟਨ, ਕਿੜੀ ਛਿੱਕਾ ਜੀ, ਘਰ ਦੇ ਛੋਟੇ ਮੋਟੇ ਕੰਮਾਂ ਵਿੱਚ ਹੱਥ ਵਟਾਉਂਦੀ ਹੈ, ਪੜ੍ਹਾਈ ਵਿੱਚ ਕਾਫੀ ਹੁਸ਼ਿਆਰ ਹੈ ਜੀ, ਹਮੇਸ਼ਾ ਹੀ ਕੋਈ ਨਾ ਕੋਈ ਪ੍ਰਾਈਜ਼ ਲੈ ਕੇ ਆਉਂਦੀ। ਜੋ ਵੀ ਉਹਨੇ ਹੋਬੀਜ਼ ਸਿੱਖੀ ਹੈ ਸਾਰੀ, ਜੋ ਵੀ ਇਹ ਵਿੱਚ ਉਹਨੇ ਪਾਰਟੀਸਪੇਟ ਕੀਤਾ, ਇਹ ਸਾਰਾ ਮੋਬਾਈਲ ਤੋਂ ਦੇਖ ਕੇ ਕੀਤਾ ਜੀ, ਅਤੇ ਸਾਡੀ ਆਰਥਿਕ ਹਾਲਤ ਤੁਸੀਂ ਦੇਖ ਹੀ ਲਈ ਹੋਣੀ ਜੀ, ਬਸ ਠੀਕ ਹੈ ਜੀ, ਸਾਰੇ ਰਾਊਂਡ ਨੇ ਕਲੀਅਰ ਕੀਤੇ ਨੇ ਜੀ। ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਫਾਈਨਲ ਰਾਊਂਡ ਹੈ ਜੀ, ਫਾਈਨਲ ਰਾਊਂਡ ਜਿੱਤ ਕੇ ਆਵੇ, ਸਾਨੂੰ ਬਹੁਤ ਖੁਸ਼ੀ ਹੋਵੇਗੀ ਜੀ। ਸਤਿ ਸ਼੍ਰੀ ਅਕਾਲ, ਮੇਰੇ ਪਿੰਡ ਦਾ ਨਾਂ ਸ਼ਾਹਪੁਰਾ ਅਤੇ ਮੇਰਾ ਨਾਂ ਜਸਵਿੰਦਰ ਕੌਰ ਅਤੇ ਜ਼ਿਲ੍ਹਾ ਫਾਜ਼ਿਲਕਾ। ਇਹ ਕੁਲਦੀਪ ਕੌਰ ਮੇਰੀ ਦਿਓਰ ਦੀ ਕੁੜੀ ਹੈ, ਮੇਰੀ ਆਪਦੀ ਹੈ ਨਹੀਂ ਕਿ ਕੁੜੀ, ਪਰ ਇੰਨਾ ਲੱਗਦਾ ਹੈ ਕਿ ਮੈਨੂੰ ਮੇਰੀ ਆਪਦੀ ਹੀ ਕੁੜੀ ਹੈ। ਮੈਨੂੰ ਇੰਨਾ ਪਿਆਰ ਕਰਦੀ ਹੈ, ਸਕੂਲੋਂ ਆਉਂਦੀ ਹੈ ਅਤੇ ਸਤਿ ਸ਼੍ਰੀ ਅਕਾਲ ਬੁਲਾਉਂਦੀ ਹੈ, ਜੇ ਨਾ ਮੈਂ ਦਿਸਾਂ
ਤੇ ਇਹ ਕਹਿੰਦੀ ਹੈ ਮੇਰੀ ਬੀਬੀ ਕਿੱਥੇ ਗਈ, ਇਹਨੂੰ ਤਾਈ ਅਤੇ ਤਾਏ ਦਾ ਤਾਂ ਪਤਾ ਹੀ ਨਹੀਂ, ਇਹ ਬੀਬੀ ਬੀਬੀ ਕਰਦੀ ਰਹਿੰਦੀ ਹੈ ਅਤੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈਗੀ ਅਤੇ ਹਰ ਸਾਲ ਮੈਡਲ ਲੈ ਕੇ ਹੀ ਆਉਂਦੀ ਹੈ ਸਕੂਲ ਵਿੱਚੋਂ ਅਤੇ ਸਾਡੇ ਨਾਲ ਅਸੀਂ ਇੱਕੋ ਘਰ ਹੈਗਾ, ਇੱਕੋ ਹੀ ਵਿਹੜੇ ਵਿੱਚ ਰਹਿੰਦੇ ਹਾਂ ਅਸੀਂ, ਵੀ ਸਾਡਾ ਇੰਨਾ ਨਹੀਂ ਪਤਾ ਲੱਗਦਾ ਕਿ ਇਹ ਮੇਰੀ ਮੰਮੀ ਹੈ ਕਿ ਮੇਰਾ ਤਾਇਆ ਕਿ ਤਾਈ ਹੈ। ਸਾਡੇ ਨਾਲ ਬਹੁਤ ਹੀ ਜ਼ਿਆਦਾ ਹੀ ਪਿਆਰ ਕਰਦੀ, ਸਾਡੀ ਇਹ ਆਪਦੀ ਹੀ ਬੇਟੀ ਹੈ, ਪਰ ਮੇਰੀ ਬੇਟੀ ਨਹੀਂ, ਪਰ ਮੈਨੂੰ ਨਹੀਂ ਮਹਿਸੂਸ ਹੁੰਦਾ ਕਿ ਇਹ ਮੇਰੀ ਆਪਣੀ ਬੇਟੀ ਹੈ ਕਿ ਮੇਰੇ ਦਿਓਰ ਦੀ ਕੁੜੀ। ਸਕੂਲੋਂ ਵਧੀਆ ਪੜ੍ਹਾਈ ਵਿੱਚ ਹੈਗੀ ਹੈ, ਹੁਸ਼ਿਆਰ ਹੈਗੀ ਬਹੁਤ ਹੀ, ਅਤੇ ਮੇਰੇ ਨਾਲ ਹੀ ਸਾਰਾ ਕੰਮ ਹੀ ਨਾਲ ਕਰਦਾ ਕਰਾਉਂਦੀ ਹੈ। ਮੈਨੂੰ ਜਮ੍ਹਾਂ ਹੀ ਨਹੀਂ ਪਤਾ ਲੱਗਦਾ ਮੈਂ ਬਾਹਰ ਚਲੀ ਜਾਵਾਂ ਵੀ ਮੇਰੀ ਬੇਟੀ ਹੈ ਨਹੀਂ ਕਿ ਮੈਨੂੰ ਕੰਮ ਕਰਨਾ ਪਵੇਗਾ, ਸਾਰਾ ਹੀ ਮੇਰੇ ਨਾਲ ਘਰ ਦਾ ਕੰਮ ਕਰਾਉਂਦੀ ਹੈ। ਮੇਰੀ ਬੇਟੀ ਨੇ ਕੇ ਭਾਗ ਲਿਆ ਸੀ, ਉਹਦੇ ਵਿੱਚ ਹੁਣ ਬਹੁਤ ਵਧੀਆ ਅੱਗੇ ਚੱਲੀ ਜਾਂਦੀ ਹੈ। ਮੇਰੀ ਬੇਟੀ ਹੁਣ ਫਾਈਨਲ ਦੇ ਵਿੱਚ ਪਹੁੰਚੀ ਹੈ, ਇਹਨੂੰ ਮਾਲਕ ਇਹਨੂੰ ਅੱਗੇ ਤੋਂ ਅੱਗੇ ਵਧਾਵੇ, ਫਾਈਨਲ ਜਿੱਤ ਕੇ ਆਵੇ ਅਤੇ ਪਿੰਡ ਦਾ ਫੈਮਿਲੀ ਦਾ ਵੀ ਨਾਮ ਰੋਸ਼ਨ ਕਰੇ। ਸਤਿ ਸ਼੍ਰੀ ਅਕਾਲ ਜੀ, ਮੈਂ ਸਵਿੰਦਰ ਕੌਰ, ਪਿੰਡ ਸ਼ਾਹਪੁਰਾ ਦੀ ਰਹਿਣ ਵਾਲੀ ਹਾਂ। ਮੈਂ ਇੱਥੋਂ ਦੀ ਮੌਜੂਦਾ ਸਰਪੰਚ ਹਾਂ ਅਤੇ ਕੁਲਦੀਪ ਕੌਰ ਦੀ ਭੂਆ। ਕੁਲਦੀਪ ਕੌਰ ਮੇਰੀ ਭਤੀਜੀ ਹੈ, ਇਹਦੇ ਵਿੱਚ ਹੀ ਮੈਨੂੰ ਆਪਣਾ ਬਚਪਨ ਨਜ਼ਰ ਆਉਂਦਾ ਹੈ। ਇਹ ਬਹੁਤ ਹੀ ਜ਼ਿਆਦਾ ਚੰਗੀ ਲੜਕੀ ਹੈ, ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੀ, ਸਾਰੇ ਪਰਿਵਾਰ ਨੂੰ ਇੰਨਾ ਪਿਆਰ ਕਰਦੀ ਹੈ ਕਿ ਸਾਸੀ ਤਾਏ ਨੂੰ ਵੇਖ ਵੇਖ ਕੇ ਹੀ ਜਿਉਂਦੇ ਹੈ। ਸਾਡੀ ਤਾਂ ਇਹ ਹੀ ਖੁਆਇਸ਼ ਹੈ, ਬੱਚਾ ਸਾਡਾ ਅੱਗੇ ਜਾ ਕੇ ਇੰਨਾ ਉੱਚੀ ਬੁਲੰਦ 'ਤੇ ਜਾਵੇ ਕਿ ਅਸੀਂ ਉਹਦੇ 'ਤੇ ਮਾਣ ਕਰੀਏ, ਸਾਰਾ ਪਿੰਡ ਉਹਦੇ 'ਤੇ ਮਾਣ ਕਰੇ, ਅਸੀਂ ਮਾਣ ਕਰੀਏ। ਬਸ ਮੇਰੀ ਤਾਂ ਇਹੀ ਪਰਮਾਤਮਾ ਅੱਗੇ ਅਰਦਾਸ, ਮੇਰੀ ਭਤੀਜੀ ਮੈਨੂੰ ਬਹੁਤ ਪਿਆਰ ਕਰਦੀ ਹੈ। ਇੱਥੋਂ ਤੱਕ ਕਿ ਜਦੋਂ ਛੋਟੀ ਹੁੰਦੀ ਸੀ ਨਾ, ਉਦੋਂ ਉਹ ਕਹਿੰਦੀ ਹੁੰਦੀ ਸੀਗੀ ਵੀ ਮੈਨੂੰ ਹੁਣੇ ਹੁਣੇ ਮੇਰੀ ਭੂਆ ਕੋਲ ਲੈ ਕੇ ਚੱਲੋ। ਬਹੁਤ ਸ਼ਰਾਰਤਾਂ ਕਰਦੀ ਸੀ, ਬਹੁਤ ਜ਼ਿਆਦਾ, ਫਿਰ ਮੇਰੇ ਨਾਲ ਖੇਡਦੀ ਸੀ, ਬਹੁਤ ਛੋਟੀਆਂ ਛੋਟੀਆਂ ਇੰਨੀਆਂ ਬਚਪਨ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਮੇਰੇ ਕੋਲ, ਮੈਂ ਦੱਸ ਨਹੀਂ ਸਕਦੀ। ਬੜੀ ਪਿਆਰੀ ਲੱਗਦੀ ਸੀ ਜਦੋਂ ਛੋਟੀ ਸੀ, ਮੈਨੂੰ ਇੰਝ ਲੱਗਦਾ ਸੀ ਜਿਵੇਂ ਨਾ ਮੈਂ ਉਸ ਘਰ ਦੇ ਵਿੱਚ ਉਵੇਂ ਹੀ ਛੋਟੀ ਹੋ ਕੇ ਵੱਡੀ ਹੋਈ, ਉਸੇ ਤਰ੍ਹਾਂ ਹੀ ਮੇਰਾ ਬਚਪਨ ਵੀ ਉਵੇਂ ਹੀ
ਉਵੇਂ ਹੀ ਮੇਰੀ ਭਤੀਜੀ ਦਾ ਬਚਪਨ ਮੈਨੂੰ ਬੜਾ ਹੀ ਅੱਛਾ ਲੱਗਦਾ। ਮੇਰੀ ਭਤੀਜੀ ਨੇ KKHB ਸ਼ੋਅ ਦੇ ਵਿੱਚ ਭਾਗ ਲਿਆ ਸੀ, ਹੁਣ ਮੇਰੀ ਭਤੀਜੀ ਫਾਈਨਲ ਦੇ ਵਿੱਚ ਪਹੁੰਚ ਗਈ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਸਾਡੀ ਭਤੀਜੀ ਬਹੁਤ ਨਾਂ ਰੋਸ਼ਨ ਕਰੇ, ਸਾਡੇ ਪਰਿਵਾਰ ਦਾ, ਸਾਡੇ ਪਿੰਡ ਦਾ ਨਾਂ ਰੋਸ਼ਨ ਕਰੇ, ਫਾਈਨਲ ਇਸ 'ਤੇ ਜਿੱਤ ਕੇ ਆਵੇ, ਸਾਨੂੰ ਉਹਦੇ 'ਤੇ ਮਾਣ ਹੋਵੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰੀਨਾ ਰਵਿੰਦਰ ਸਿੰਘ ਹੈ, ਮੇਰਾ ਪਿੰਡ ਸ਼ਾਹਪੁਰਾ ਹੈ ਅਤੇ ਮੈਂ ਕੁਲਦੀਪ ਦੀ ਸਿਸਟਰ ਹਾਂ। ਜਦੋਂ ਕੁਲਦੀਪ ਛੋਟੀ ਸੀ ਤਾਂ ਮੈਂ ਵੀ ਉਦੋਂ ਕੋਈ ਬਾਹਲੀ ਵੱਡੀ ਨਹੀਂ ਸੀ, ਮੈਂ ਵੀ ਬਹੁਤ ਛੋਟੀ ਸੀ, ਪਰ ਮੈਂ ਜਦੋਂ ਇਹਦਾ ਜਨਮ ਹੋਇਆ ਮੈਂ ਇੱਥੇ ਆਉਂਦੀ ਸੀ। ਮੈਂ ਇਹਨਾਂ ਜੀ ਦੀ ਭੂਆ ਜੀ ਦੀ ਲੜਕੀ ਹਾਂ ਅਤੇ ਮੈਂ ਇਹਨਾਂ ਨੂੰ ਗੋਦੀ ਵਿੱਚ ਚੱਕ ਲੈਣਾ, ਕਦੇ ਖਿਡਾ ਲੈਣਾ। ਫਿਰ ਜਦੋਂ ਮੇਰੀ ਸ਼ਾਦੀ ਹੋਈ, ਮੇਰੀ ਇਸੇ ਪਿੰਡ 'ਚ ਹੀ ਹੋਈ, ਫਿਰ ਜਦੋਂ ਇਹ ਮੇਰੇ ਕੋਲ ਜਾਂਦੀ ਸੀ ਤਾਂ ਫਿਰ ਇਹਨੂੰ ਮੇਕਅਪ ਦਾ ਬਹੁਤ ਸ਼ੌਂਕ ਸੀ। ਫਿਰ ਮੇਰੇ ਸਮਾਨ ਨੂੰ ਦੇਖਦਾ, ਮਤਲਬ ਉਹਦੇ ਨਾਲ ਮਤਲਬ ਇੰਨੀ ਜ਼ਿਆਦਾ ਅਟੈਚਮੈਂਟ ਸੀ ਕਿ ਇਹ ਮੇਰੇ ਨਾਲ ਮਤਲਬ ਡੇਲੀ ਰੈਗੂਲਰੀ ਰੂਟੀਨ ਵਿੱਚ ਆਇਆ ਕਰਦੀ ਸੀ, ਮੇਰੇ ਨਾਲ ਟਾਈਮ ਸਪੈਂਡ ਕਰਦੀ ਸੀ। ਮਤਲਬ ਇਹਨੂੰ ਬਹੁਤ ਜ਼ਿਆਦਾ ਸ਼ੌਂਕ ਸੀਗੇ, ਮੈਨੂੰ ਕੈਟਵਾਕ ਵਗੈਰਾ ਪੁੱਛਦੀ ਹੁੰਦੀ ਸੀ, ਨਾਲੇ ਮਤਲਬ ਜਾਣਕਾਰੀ ਵੀ ਦਿੰਦੀ ਸੀ ਵੀ ਦੀਦੀ ਮੈਨੂੰ ਇੱਦਾਂ ਦੀਆਂ ਚੀਜ਼ਾਂ ਬਹੁਤ ਪਸੰਦ ਨੇ ਕਿ ਮੈਂ ਮਤਲਬ ਕੰਪੀਟੀਸ਼ਨ ਵਿੱਚ ਜਾਵਾਂ ਤਾਂ ਕਿੱਦਾਂ ਦਾ ਮੇਰਾ ਵਿਊ ਰਹੇਗਾ, ਕਿੱਦਾਂ ਦਾ ਮਤਲਬ ਰਿਜ਼ਲਟ ਰਹੇਗਾ। ਮੈਂ ਉਹਨੂੰ ਕਹਿਣਾ ਵੀ ਬਹੁਤ ਵਧੀਆ ਵੀ ਆਪਾਂ ਨੂੰ ਇਹ ਲਾਈਨ ਚੂਜ਼ ਕਰ ਲੈਣੀ ਚਾਹੀਦੀ ਹੈ, ਜੇਕਰ ਆਪਾਂ ਮਤਲਬ ਇਹਦੇ ਯੋਗ ਹੈਗੇ ਹਾਂ, ਇੰਟਰਸਟਿਡ ਹੈਗੇ ਹਾਂ। ਤਾਂ ਮਤਲਬ ਫਿਰ ਇਹਨੇ ਮਤਲਬ ਫਿਰ ਦਾਦਾ ਦਾਦੀ ਜੀ ਨੇ ਬਹੁਤ ਸਾਥ ਦਿੱਤਾ, ਫਿਰ ਮਾਤਾ ਪਿਤਾ ਨੇ ਵੀ ਇਹਨਾਂ ਦਾ ਪੂਰਾ ਸਹਿਯੋਗ ਦਿੱਤਾ, ਕਹਿੰਦੇ ਸੀ ਵੀ ਕੋਈ ਗੱਲ ਨਹੀਂ, ਇਹਨੂੰ ਅਸੀਂ ਨਿਕਨੇਮ ਗੁੱਡੂ ਕਰਕੇ ਬੁਲਾਉਂਦੇ ਹਾਂ, ਹਜੇ ਵੀ ਅਸੀਂ ਕਹਿੰਦੇ ਹਾਂ ਵੀ ਗੁੱਡੂ ਕੋਈ ਗੱਲ ਨਹੀਂ, ਆਲ ਦੀ ਬੈਸਟ ਐਂਡ ਵਰਲਡ ਦੇ ਮਤਲਬ ਫਸਟ ਪੋਜੀਸ਼ਨ ਤੇ ਆਪਾਂ ਜਾ ਸਕਦੇ ਹਾਂ ਅਤੇ ਜਾ ਕੇ ਹੀ ਰਹਿਣਾ। ਇਹਨੇ ਮਤਲਬ ਕੋਸ਼ਿਸ਼ ਨਹੀਂ ਛੱਡੀ ਅਤੇ ਆਹ ਦੇਖੋ ਹੁਣ ਸਟਾਰਟਿੰਗ ਹੈ, ਮਤਲਬ ਅੱਗੇ ਦੇਖੋ ਅੱਗੇ ਦਾ ਕਿੱਦਾਂ ਦਾ ਵਿਊ ਹੋ ਸਕਦਾ ਇਹਦਾ। ਮਤਲਬ ਜੇਕਰ ਇੱਦਾਂ ਦੀ ਕੋਸ਼ਿਸ਼ ਰਹੇਗੀ ਤਾਂ ਫਾਈਨਲ ਵੀ ਇਹ ਬਹੁਤ ਵਧੀਆ ਕਰੇਗੀ। ਤਾਂ ਪਰਮਾਤਮਾ ਅੱਗੇ ਮੈਂ ਇਹੀ ਅਰਦਾਸ ਕਰਦੀ ਹਾਂ ਕਿ ਰੱਬ ਇਹਦੀ ਬੁਲੰਦੀਆਂ ਤੱਕ ਆਵੇ, ਪੂਰਾ ਉਹਦਾ ਸੰਯੋਗ ਦੇਵੇ, ਸਾਥ ਦੇਵੇ। ਹੈਲੋ, ਮੇਰਾ ਨਾਮ ਜਗਸੀਰ ਸਿੰਘ ਹੈ, ਮੈਂ ਪਿੰਡ ਸ਼ਾਹਪੁਰ ਦਾ ਰਹਿਣ ਵਾਲਾ, ਜ਼ਿਲ੍ਹਾ ਫਾਜ਼ਿਲਕਾ ਹੈ। ਮੇਰੀ ਛੋਟੀ ਭੈਣ ਕੁਲਦੀਪ ਹੈ, ਜਿਸ ਨਾਲ ਬਹੁਤ ਪਿਆਰ ਹੈ, ਇਸ ਨਾਲ ਬਹੁਤ ਮੈਂ ਖੇਡਦਾ, ਇਹ ਬਹੁਤ ਮੇਰੇ ਨਾਲ ਖੇਡਦੀ ਹੈ, ਲੜਦੀ ਹੈ, ਝਗੜਦੀ ਹੈ, ਪਰ ਫਿਰ ਵੀ ਪਿਆਰ ਬਹੁਤ ਹੈ। ਬਹੁਤ ਹੈਲਪ ਕੀਤੀ ਹੈ ਸਟੱਡੀ ਵਿੱਚ ਅਤੇ ਮੈਨੂੰ ਲੋੜ ਪੈਂਦੀ ਤਾਂ ਮੈਂ ਵੀ ਪੁੱਛ ਲੈਂਦਾ, ਅਤੇ ਇਸ ਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਹੈ। ਇਹ ਵੀ ਆਪਣੇ ਸਕੂਲ ਵਿੱਚ ਵਧੀਆ ਪਾਰਟੀਸਪੇਟ ਕਰਦੀ ਹੈ ਅਤੇ ਵਧੀਆ ਪੜ੍ਹਦੀ ਹੈ, ਸਭ ਦੋਸਤਾਂ ਨਾਲ ਘੁਲ ਮਿਲ ਕੇ ਰਹਿੰਦੀ ਹੈ। ਮੇਰੀ ਭੈਣ ਨੇ ਕਿਸਮੇ ਕਿਤਨਾ ਇਦਮ 4 ਰਾਊਂਡ ਪਾਰ ਕਰ ਰਹੇ ਅਤੇ ਫਾਈਨਲ ਵਿੱਚ ਪਹੁੰਚ ਗਈ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ, ਫਾਈਨਲ ਜਿੱਤ ਕੇ ਆਵੇ ਪਿੰਡ ਅਤੇ ਆਪਣੀ ਸਾਰੀ ਫੈਮਿਲੀ ਦਾ ਨਾਮ ਰੋਸ਼ਨ ਕਰੇ। ਪਹਿਲਾਂ ਮੇਰੇ ਵੀਰ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਗੁਰਮੀਤ ਸਿੰਘ, ਪਿੰਡ ਸ਼ਾਹਪੁਰਾ, ਡਿਸਟ੍ਰਿਕਟ ਤਹਿਸੀਲ ਫਾਜ਼ਿਲਕਾ ਦਾ ਜੀ। ਅਤੇ ਆਪਣੇ ਕੁਲਦੀਪ ਕੌਰ ਮੇਰੇ ਸਿਸਟਰ ਜੋ ਕਿ ਫਾਈਨਲ ਰਾਊਂਡ KKHD ਵੱਲੋਂ 4 ਰਾਊਂਡ ਪਾਰ ਕਰਕੇ ਫਾਈਨਲ ਰਾਊਂਡ 'ਚ ਪਹੁੰਚ ਗਏ ਨੇ, ਵਾਹਿਗੁਰੂ ਦੇ ਚਰਨਾਂ ਅੱਗੇ ਅਰਦਾਸ ਕਰਦੇ ਹਾਂ, ਵਾਹਿਗੁਰੂ ਇਹਨਾਂ ਗੁੱਡੀਆਂ ਨੂੰ ਤਰੱਕੀਆਂ ਬਖਸ਼ੇ, ਫਾਈਨਲ ਜਿੱਤ ਕੇ ਆਵੇ, ਸਾਡੇ ਪਿੰਡ ਦਾ, ਸ਼ਹਿਰ ਦਾ ਨਾਮ ਰੋਸ਼ਨ ਕਰੇ। ਸ਼ੁਰੂ ਤੋਂ ਮੇਰੇ ਸਿਸਟਰ ਨੂੰ ਮਾਡਲਿੰਗ ਦਾ ਅਤੇ ਡਾਂਸਿੰਗ ਦਾ ਬਹੁਤ ਸ਼ੌਂਕ ਸੀ ਅਤੇ ਪਰਿਵਾਰ ਨੇ ਵੀ ਬਹੁਤ ਸਹਾਇਤਾ ਕੀਤੀ ਇਹਨਾਂ ਦੀ। ਫਰੀ ਟਾਈਮ ਵਿੱਚ ਖੇਡਦੀ ਵੀ ਹੈ, ਆਪਣੇ ਜੋ ਵੀ ਸਕੂਲ 'ਚ ਫੰਕਸ਼ਨ ਹੁੰਦਾ ਉਹਦੇ 'ਚ ਪਾਰਟੀਸਪੇਟ ਕਰਦੀ ਆ, ਹਮੇਸ਼ਾ ਪਹਿਲੇ ਨੰਬਰ 'ਤੇ ਆਉਂਦੀ ਆ। ਸਾਡੇ ਪਿੰਡ ਦਾ ਨਾਮ ਸ਼ਾਹਪੁਰਾ ਜੀ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਵੀ ਫਾਜ਼ਿਲਕਾ। ਹਾਂਜੀ ਸਰ, ਮੇਰਾ ਨਾਮ ਹੈ ਜੀ
ਜਰਨੈਲ ਸਿੰਘ, ਇਹ ਮੇਰੀ ਹੈਗੀ ਬੇਟੀ, ਮੈਂ ਇਹਦਾ ਤਾਇਆ ਜੀ। ਇਹ ਪੜ੍ਹਾਈ 'ਚ ਬਹੁਤ ਹੁਸ਼ਿਆਰ ਹੈ ਜੀ, ਬਹੁਤ ਵਧੀਆ, ਰਿਸਪੈਕਟ ਕਰਦੀ ਸਾਰੇ ਜੀਆਂ ਦੀ, ਅਤੇ ਅਸੀਂ ਇਹਦੇ 'ਚ ਮਾਣ ਰੱਖਦੇ ਹਾਂ ਜੀ। ਇਹ ਜਦੋਂ ਵੀ ਕੰਮ ਕਰਦੀ ਕੋਈ ਵੀ, ਸਭ ਬਹੁਤ ਵਧੀਆ, ਸਾਰਿਆਂ ਨੂੰ ਦਿਲਚਸਪੀ ਰੱਖਦੀ ਹੈ ਜੀ ਕੰਮ 'ਚ, ਅਸੀਂ ਇਹਦੇ 'ਤੇ ਬਹੁਤ ਮਾਣ ਕਰਦੇ ਹਾਂ। ਸਾਡਾ ਜ਼ਿਲ੍ਹਾ ਜੀ ਫਾਜ਼ਿਲਕਾ, ਅਤੇ ਮੇਰਾ ਬੱਚਾ ਜੀ ਸਾਡਾ ਬਹੁਤ ਵਧੀਆ ਪੜ੍ਹਾਈ ਕਰ ਰਿਹਾ ਜੀ, ਸਾਡਾ ਮਾਣਦਾਨ ਬਹੁਤ ਕਰਦਾ, ਬਹੁਤ ਵਧੀਆ ਜੀ। ਮਾਣਦਾਨ ਜੀ ਸਭ ਨੂੰ ਬਹੁਤ ਪਿਆਰ ਦਿੰਦਾ ਜੀ, ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਹੈ ਜੀ, ਘਰ ਦੇ ਕੰਮ ਸਾਰਿਆਂ ਦੀ ਬਹੁਤ ਵਧੀਆ ਜੀ ਕੇਅਰ ਕਰਦਾ ਜੀ। KKHD ਸ਼ੋਅ ਦੇ ਵਿੱਚ ਭਾਗ ਲਿਆ ਸੀ ਜੀ, ਹੁਣ ਮੇਰੀ ਬੇਟੀ ਫਾਈਨਲ ਵਿੱਚ ਪਹੁੰਚੀ ਜੀ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਜੀ, ਸਾਡੀ ਬੇਟੀ ਫਾਈਨਲ ਜਿੱਤ ਕੇ ਆਵੇ ਜੀ, ਤੁਹਾਡੇ ਪਿੰਡ ਦਾ ਨਾਮ ਰੋਸ਼ਨ ਕਰੇ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਮੇਰਾ ਨਾਮ ਨਵਦੀਪ ਕੌਰ, ਮੈਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਨੁਕੇਰੀਆਂ ਫਾਜ਼ਿਲਕਾ ਵਿੱਚ ਪੜ੍ਹਦੀ ਹਾਂ। ਮੇਰੀ ਭੈਣ ਦਾ ਨਾਮ ਕੁਲਦੀਪ ਕੌਰ ਹੈ, ਉਹ ਮੇਰੇ ਤੋਂ ਵੱਡੇ ਹਨ। ਉਹ ਬਹੁਤ ਹੀ ਪਿਆਰੇ ਹਨ, ਸਟਾਰਟਿੰਗ ਤੋਂ ਹੀ ਸਾਡੇ ਮਤਲਬ ਲਾਡਲੀ ਰਹੇ ਨੇ। ਉਹਨਾਂ ਨੇ ਮੈਨੂੰ ਕਦੇ ਵੀ ਬਈ ਏਦਾਂ, ਵੈਸੇ ਮੇਰੇ ਰੀਅਲ ਸਿਸਟਰ ਨਹੀਂ ਨੇ, ਪਰ ਉਹਨਾਂ ਨੇ ਮਹਿਸੂਸ ਨਹੀਂ ਹੋਣ ਦਿੱਤਾ ਵੀ ਮੇਰੇ ਰੀਅਲ ਨਹੀਂ ਹੈਗੇ। ਮੈਂ ਕਦੇ ਵੀ ਕੋਈ ਗੱਲ ਸ਼ੇਅਰ ਕਰਨੀ ਹੋਵੇ ਉਹਨਾਂ ਨਾਲ ਕਰਨੀ ਆ। ਮੇਰੇ ਬੈਸਟ ਫਰੈਂਡ ਹੀ ਮੰਨ ਲਓ ਵੀ ਬੈਸਟ ਫਰੈਂਡ ਹੀ ਨੇ ਉਹ। ਅਸੀਂ ਕਦੇ ਹਾਂ ਲੜਾਈ ਹੋ ਜਾਂਦੀ ਸਾਡੀ, ਜਿੱਦ ਵੀ ਲੈਂਦੇ ਅਸੀਂ, ਜਿੱਦ ਕਰਦੇ ਹਾਂ ਕੋਈ ਕੱਪੜਿਆਂ ਲਈ, ਭੋਜਨ ਲਈ, ਜਾਂ ਕਿੱਦਾਂ ਵੀ ਨੋਕ ਚੋਕ ਹੋ ਜਾਂਦੀ ਹੈ, ਥੋੜ੍ਹੀ ਜਿਹੀ ਚੁਲਬੁਲੀ ਜੀ ਹੈਗੀ ਹੈ। ਬਹੁਤ ਹੀ ਸਿਆਣੀ ਵੀ ਹੈ, ਹਮੇਸ਼ਾ ਸਟੱਡੀ ਵੀ ਬਹੁਤ ਵਧੀਆ ਕਰਦੀ ਹੈ, ਆਪਣੀ ਕਲਾਸ 'ਚ ਫਸਟ ਆਉਂਦੀ ਹੈ ਹਮੇਸ਼ਾ ਹੀ, ਸਟਾਰਟਿੰਗ ਨਰਸਰੀ ਤੋਂ ਲੈ ਕੇ ਅੱਜ ਉਹ 10th ਕਲਾਸ 'ਚ ਹੈ, ਹਮੇਸ਼ਾ ਹੀ ਫਸਟ ਪੁਜੀਸ਼ਨ ਆਈ ਹੈ, ਕਦੇ ਵੀ ਕਿਤੋਂ ਵੀ ਪਿੱਛੇ ਨਹੀਂ ਰਹੀ। ਸਕੂਲ 'ਚ ਕੋਈ ਵੀ ਪ੍ਰੋਗਰਾਮ ਜਾਂ ਫੰਕਸ਼ਨ ਹੁੰਦਾ, ਹਮੇਸ਼ਾ ਉਹਨੇ ਪਾਰਟੀਸਪੇਟ ਕੀਤਾ ਹੀ ਕੀਤਾ, ਤੇ ਹਰ ਵਾਰੀ ਹੀ ਉਹ ਫਸਟ ਪੋਜੀਸ਼ਨ ਉਹਨੇ। ਹੈਲੋ, ਮੇਰਾ ਨਾਮ ਜਸਵਿੰਦਰ ਸਿੰਘ ਹੈ, ਮੈਂ ਪਿੰਡ ਸ਼ਾਹਪੁਰ ਵਿੱਚ ਰਹਿੰਦਾ ਹਾਂ। ਕੁਲਦੀਪ ਕੌਰ ਮੇਰੇ ਸਿਸਟਰ ਹਨ, ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਕੇਰੀਆਂ ਵਿੱਚ ਪੜ੍ਹਦਾ ਹਾਂ। ਕੁਲਦੀਪ ਕੌਰ ਮੇਰੇ ਤੋਂ ਵੱਡੇ ਹਨ, ਉਹ 10th ਕਲਾਸ ਵਿੱਚ ਪੜ੍ਹਦੇ ਹਨ, ਮੈਂ 9th ਕਲਾਸ ਵਿੱਚ ਪੜ੍ਹਦਾ ਹਾਂ। ਉਹ ਮੇਰੀ ਪੜ੍ਹਾਈ ਵਿੱਚ ਬਹੁਤ ਮਦਦ ਕਰਾਉਂਦੇ ਹਨ, ਜਦੋਂ ਵੀ ਸਕੂਲ ਵਿੱਚ ਕੋਈ ਫੰਕਸ਼ਨ ਹੁੰਦਾ ਉਹ ਪਾਰਟੀਸਪੇਟ ਲੈਂਦੀ ਹੈ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ, ਉਹ ਹਰ ਵਾਰੀ ਫਸਟ ਆਉਂਦੀ ਹੈ, ਅਤੇ ਉਹ KKHD ਫਾਈਨਲ ਵਿੱਚ ਪਹੁੰਚ ਗਈ ਹੈ। ਸਾਨੂੰ ਮਾਣ ਹੈ ਕਿ ਉਹ ਫਾਈਨਲ ਵਿੱਚ ਜਿੱਤ ਕੇ ਆਵੇਗੀ, ਪਰਮਾਤਮਾ ਮਿਹਰ ਕਰੇ ਫਾਈਨਲ ਵਿੱਚ ਜਿੱਤ ਜਾਵੇ, ਅਤੇ ਸਾਡੇ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰੇ, ਸਾਡੀ ਫੈਮਿਲੀ ਦਾ ਵੀ ਨਾਮ ਰੋਸ਼ਨ ਕਰੇ। ਮੈਂ ਇੱਕ ਡਾਕਟਰ ਬਣਨਾ ਚਾਹੁੰਦੀ ਹਾਂ, ਜਿਹਦੇ ਨਾਲ ਜਿਹੜੀਆਂ ਡਾਊਨ ਫੈਮਿਲੀਜ਼ ਹੁੰਦੀਆਂ ਨੇ ਉਹਨਾਂ ਦੀ ਹੈਲਪ ਹੋ ਸਕੇ, ਅਤੇ ਜਿਨ੍ਹਾਂ ਕੋਲੋਂ ਪੈਸਾ ਨਹੀਂ ਦਿੱਤਾ ਜਾਂਦਾ ਜ਼ਿਆਦਾ, ਉਹਨਾਂ ਨੂੰ ਮੈਂ ਥੋੜ੍ਹੇ ਜਿਹੇ ਘੱਟ ਬਜਟ ਵਿੱਚ ਉਹਨਾਂ ਦਾ ਇਲਾਜ ਕਰ ਸਕਾਂ, ਅਤੇ ਮੈਨੂੰ ਬਹੁਤ ਵਧੀਆ ਖੁਸ਼ੀ ਹੋਵੇਗੀ ਕਿ ਮੈਂ ਇੱਕ ਸਰਜੈਂਟ ਬਣਾ। Yeah.
ਮਾਡਲਿੰਗ ਦੇ ਘਰ ਵਿੱਚ ਹੀ ਹਜੇ ਵੀ ਕਰਦੀ ਹਾਂ ਕਿਉਂਕਿ ਸਾਡੇ ਇੱਥੇ ਕਿਤੇ ਨਜ਼ਦੀਕ ਵੀ ਕੋਈ ਮਾਡਲਿੰਗ ਵਾਲਾ ਹੈ ਨਹੀਂ ਗਾ, ਖਾਣ ਵਾਲਾ ਕੋਈ ਟੀਚਰ ਹੀ ਨਹੀਂ ਗਾ, ਅਤੇ ਇਸ ਲਈ ਉਹ ਬਠਿੰਡੇ ਹੈ। ਪਰ ਮੈਂ ਉਹਦੇ ਟੈਸਟ ਕਰਕੇ ਇੱਕ ਵਾਰੀ ਰੁਕ ਗਈ, ਫਿਰ ਮੈਂ ਕਿਹਾ ਵੀ ਉੱਥੇ ਬਠਿੰਡੇ ਤਾਂ ਹੁਣ ਜਾ ਨਹੀਂ ਸਕਦੇ ਟੀਚਿੰਗ ਲੈਣ, ਅਤੇ ਇਸ ਲਈ ਹੁਣ ਮੈਂ ਘਰੇ ਹੀ ਉਹਦੇ ਮਾਡਲਿੰਗ ਦੀ ਪ੍ਰੈਕਟਿਸ ਕਰ ਲੈਂਦੀ ਹਾਂ, ਇਸ ਲਈ ਫਿਰ ਮੈਨੂੰ ਘਰੇ ਹੀ ਕਰਨਾ ਪੈਂਦਾ। ਮੈਂ ਉਹਦੇ ਘਰ ਵਿੱਚ ਫ੍ਰੀ ਟਾਈਮ ਵਿੱਚ ਮੰਮੀ ਡੈਡੀ ਦੀ ਹੈਲਪ ਕਰ ਦਿੰਦੀ ਹੁੰਦੀ ਹਾਂ। ਹੋਰ ਫ੍ਰੀ ਟਾਈਮ ਹੁੰਦਾ ਤਾਂ ਮੈਂ ਆਪਣੇ ਬ੍ਰਦਰਸ ਨਾਲ ਖੇਡ ਲੈਂਦੀ ਹਾਂ, ਕੈਰਮ ਬੋਰਡ, ਲੁੱਡੋ ਜਾਂ ਕੋਈ ਚੈੱਸ। ਅਤੇ ਮੇਰੀ ਇੱਕ ਛੋਟੀ ਭੈਣ ਹੈ, ਕਜ਼ਨ, ਉਹਨੂੰ ਮੈਂ ਪੜ੍ਹਾ ਦਿੰਦੀ ਹੁੰਦੀ ਹਾਂ। ਮੈਂ ਥੈਂਕਸ ਕਹਿੰਦੀ ਹਾਂ ਆਪਣੀ ਪੂਰੀ ਫੈਮਿਲੀ ਦਾ ਅਤੇ ਮੇਰੇ ਮੰਮੀ ਪਾਪਾ ਦਾ, ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਇਸ ਫਾਈਨਲ ਰਾਊਂਡ ਵਿੱਚ ਪਹੁੰਚ ਕੇ ਮੈਨੂੰ ਇਹ ਮੁਕਾਮ ਹਾਸਿਲ ਕਰਵਾਇਆ। ਥੈਂਕ ਯੂ ਵਰੁਣ ਸਰ ਦਾ, ਜਿਨ੍ਹਾਂ ਨੇ, ਅਤੇ KKHD ਟੀਮ ਦਾ, ਜਿਨ੍ਹਾਂ ਨੇ ਮੈਨੂੰ ਮੇਰਾ ਟੈਲੈਂਟ ਵਿਖਾਉਣ ਲਈ ਇੱਕ ਮੌਕਾ ਦਿੱਤਾ। ਮੈਂ ਬਹੁਤ ਜ਼ਿਆਦਾ ਖੁਸ਼ ਹਾਂ, ਤਾਂ ਥੈਂਕ ਯੂ KKHD।